ਇੱਥੇ ਨਹੀਂ ਆ ਗੱਲਾਂ ਕਰਨ ਦਿਆ ਤਾਂ ਬਾਹਰ ਜਾ ਕੇ ਨਾ ਕਰੂ। ਹੈਲੋ ਸੁਮਣਾ, ਤੈਨੂੰ ਮੈਂ ਕੀ ਕਹਿ ਕੇ ਗਿਆ ਸੀ? ਦੋ ਮਿੰਟ ਤੈਨੂੰ ਮੈਂ ਸਕੂਲੇ ਘੱਲਣ ਨੂੰ ਨਹੀਂ ਠਾਲਣ ਡਿਆ, ਇਹ ਮਾਂ ਨਹੀਂ ਤੇਰੀ। ਤੈਨੂੰ ਮੈਂ ਕੀ ਕਹਿ ਕੇ ਗਿਆ ਸੀ ਵੀ ਚਾਹ ਬਣਾ ਲਾ, ਮੇਰੀ ਬੇਇੱਜ਼ਤੀ ਕਰਵਾ ਕੇ ਰਾਤੀ ਨੂੰ ਬਣਾ ਦਿੰਦੀ ਆ। ਤੂੰ ਉੱਠ ਕੇ ਤੇ ਚਾਹ ਬਣਾ ਲਾ ਚੁੱਪ ਕਰਕੇ, ਤੈਨੂੰ ਮੈਂ ਦੱਸਤਾ ਜੀ। ਤੇ ਆਪ ਬਣਾ ਲਓ, ਕਿੰਨਾ ਕੁ ਟਾਈਮ ਲੱਗਣਾ ਕਿਤੇ? ਜੇ ਮੈਂ ਆਪ ਬਣਾਉਣੀ ਨਾ ਤੇ ਤੈਨੂੰ ਮਹਿੰਗੀ ਪੈਣੀ ਆ, ਇਹ ਵੇਖ ਲਾ ਗੁੱਸਾ ਮੈਨੂੰ ਅੱਗੇ ਬੜਾਈ। ਗੁੱਸਾ ਤੁਹਾਨੂੰ ਚੜ੍ਹੇ ਰਹਿੰਦਾ। ਤੈਨੂੰ ਮੈਂ ਕਦੋਂ ਦਾ ਕਹਿ ਕੇ ਗਿਆ ਵੀ ਚਾਹ ਬਣਾ ਦੇ? ਨੀਂਦ ਆ ਗਈ। ਆਪ ਤੇ ਇੱਥੇ ਕੰਬਲ ਚ ਮੂੰਹ ਦੇ ਕੇ ਸੁੱਤੀਆਂ ਰਹਿੰਦੀਆਂ ਵਾ, ਮੈਂ ਬਾਹਰ ਬੂਹਰ ਨਿਕਲਣਾ ਹੁੰਦਾ ਕਿ ਨਹੀਂ ਕਿਤੇ? ਚੱਲ ਪਰੇ ਹੋ ਜਾਓ, ਹੁਣ ਪਰੇ ਹੋ ਜਾਓ, ਚਾਹ ਨਹੀਂ ਘੁੱਟ ਬਣਾ ਸਕਦੇ। 5 ਮਿੰਟਾਂ 'ਚ ਤਿਆਰ ਕਰ ਦੇ, ਨਾ ਜਦ ਤੇਰੀ ਖੈਰ ਹੈ ਨਹੀਂ ਹੋ। ਚਾਹ ਵੱਲੋਂ ਬੋਲ ਕੇ ਲੱਗਦਾ ਮੈਂ ਗਲਤੀ ਕਰ ਲਈ ਆ, ਭਾਬੀ ਦੇ ਗਰਮੀ ਬਹੁਤ ਆ। ਬਾਪੂ ਵਾਲਾ ਜੋਗਦਾ ਜੱਜ ਲੱਗਦਾ ਭਾਬੀ 'ਚ ਆ ਗਿਆ ਆ। ਕਿੱਦਾਂ? ਬਸ ਵਧੀਆ। ਹੋਰ? ਬਸ ਠੀਕ ਆ। ਬਣ ਲੱਗੀ ਚਾਹ? ਕੋਈ ਨਹੀਂ, ਜੇ ਭਾਬੀ ਨਹੀਂ ਠੀਕ ਤਾਂ ਕੋਈ ਨਹੀਂ, ਰਹਿਣ ਦੇਣਾ ਜੀ। ਨਹੀਂ ਨਹੀਂ, ਤੂੰ ਵੀ ਲੱਗਦਾ ਸੋਚ ਕੇ ਆਇਆ ਸੀ ਅੱਜ ਵੀ ਚਾਹ ਪੀ ਕੇ ਜਾਣਾ ਵਾ। ਨਹੀਂ ਉਹ ਤਾਂ ਤੂੰ ਆਪੇ ਕਿਹਾ, ਬਾ ਠੰਡ ਭਰੀ ਆ ਤੇ ਠੰਡ ਤੇ ਹੈਗੀ, ਤੈਨੂੰ ਠੰਡ ਦਾ ਪਤਾ ਲੱਗਾ। ਉਹ ਸੱਚ ਚਾਹ ਪੀਣੀ ਹੋ ਕਿ ਮੱਝ ਸੂਈ ਹੋ? ਉਹ ਬਣਦੀ ਬੋਰੀ ਜੀ ਬਣਦੀ ਹੋ ਜੇ ਤੇ ਉਹ ਬਣਾ ਦਿਓ, ਤੇ ਉਹ ਪੀਣਾ ਹੀ ਹੋ। ਹਾਂ, ਗੁੜ ਪਾ ਦਿਓ ਵਿੱਚ, ਮੇਰੀ ਇੱਥੇ ਰੋਟੀ ਖਾਣੀ ਔਖੀ ਹੋਈ ਆ। ਬਾਪੂ ਵਿੱਚ ਬਾਪੂ ਨਾ ਅਜੇ ਉੱਤ ਬੋਲੀ ਪੀਂਦਾ ਪੀਂਦਾ ਚਾਹ ਤੋਂ ਵੀ ਜਾਵਾਂ, ਜਿਹੜੀ ਚੀਜ਼ ਛੇਤੀ ਬਣਦੀ ਉਹ ਲਿਆਓ ਤੇ ਮੈਂ ਜਾਵਾਂ ਬਾਪੂ ਨਾਲ ਤੁਹਾਡਾ ਅਜੇ। ਛੇਤੀ ਤਾਂ ਫਿਰ ਡਾਂਗ ਹੀ ਬਣੀ ਪਈ ਆ, ਉਹ ਹੀ ਖਾ ਲਈ ਜਾਂਦਾ ਜਾਂਦਾ, ਉਹ ਤੇ ਬਾਪੂ ਦੀ ਤਿਆਰੀ ਹੁੰਦੀ ਆ ਤੇ। ਚੱਲ ਫਿਰ ਮੈਂ ਉਹ ਕਹਿੰਦਾ ਫਿਰ ਉਹ ਬਣਾ ਲੈਂਦੇ। ਚੱਲ ਠੀਕ ਹੈ, ਵੇਖ ਲਾ ਭਰਾ ਕਹੀਂ ਨਾ ਚਾਹ ਪਿਆਉਣ ਖਣੋਂ ਡਿਆ ਕਰੇ। ਨਹੀਂ ਨਹੀਂ, ਜੋ ਕੁਛ ਹੈਗਾ ਪਿਆਲ ਦਿਓ। ਚੱਲ ਪਾਪਾ ਜੀ ਆਉਣ ਵਾਲੇ ਬੋਲੀ ਤੇ ਮੈਂ ਲਈ ਬਣਾ, ਹੁਣ ਮੈਂ ਚਾਹ ਬਣਾ ਦਿੰਦੀ ਹਾਂ। ਇੰਨਾ ਇਹਨਾਂ ਦੀ ਚਾਹ ਦਾ ਨਹੀਂ ਡਰ ਜਿੰਨਾ ਪਾਪਾ ਜੀ ਦੀ ਬੋਲੀ ਦਾ ਹੈ, ਨਾ ਬਣਾਉਂਦੀ ਤਾਂ ਨਹਾਉਣ ਕੇ ਦੁਆਲੇ ਹੋ ਜਾਣਾ ਸੀਗਾ। ਚਾਹ ਬਣਾ ਦਿੰਦੀ ਸੁਮਣਾ। ਹਾਂਜੀ, ਉਹ ਇੱਦਾਂ ਕਰ ਚਾਹ ਰਹਿਣ ਦੇ। ਹਾਂਜੀ, ਤੋ ਉਹ ਆਂਦਾ ਬੋਲੀ ਬਣਾ ਲਓ, ਬੋਲੀ ਪੀ ਲੈਂਦਾ ਮੈਂ। ਤੇ ਉਹ ਤਾਂ ਫਿਰ ਮੈਂ ਪਾਪਾ ਜੀ ਹੁਣੇ ਵਾਸਤੇ ਬਣਾਈ ਆ, ਚੱਲ ਉਹਨਾਂ ਨੂੰ ਦੇ ਦਿਓ ਫਿਰ। ਪਾਪਾ ਜੀ ਹੁੰਦੇ ਫਿਰ ਉਹਨਾਂ ਨੂੰ ਹੋਰ ਬਣਾ ਦਿੰਦੀ ਗਰਮ ਗਰਮ। ਪਾਪਾ ਜੀ ਦਾ ਬੜਾ ਡਰ ਆ ਤੈਨੂੰ? ਲੈ ਦੇ ਹੋਰ, ਉਹ ਸ਼ਕੀਨ ਆ ਤੇ ਮੈਂ ਬਣਾਤੀ, ਮੈਂ ਚੱਲ ਦੇ ਦਿੰਦੇ ਹੁੰਦੇ। ਸ਼ਕੀਨ ਆ ਤੇ ਮੈਂ ਜਿਹੜਾ ਸਵੇਰ ਦਾ ਭੌਂਕਣ ਡਿਆ ਵੀ ਚਾਹ ਬਣਾ ਦੇ, ਉਦੋਂ ਨਹੀਂ ਉੱਠੀ ਤੂੰ? ਤੇ ਯਾਰ ਠੰਡਾ ਮੌਸਮ ਹੈ, ਨੀਂਦ ਆ ਗਈ, ਕੀ ਹੋ ਗਿਆ? ਨੀਂਦ ਆ ਗਈ ਤੁਹਾਡੇ ਯਾਰ ਦੋਸਤ ਨੇ ਅੱਜ ਹੀ ਆਉਣਾ? ਤੂੰ ਸਿਆਂ 7 ਮਹੀਨਿਆਂ ਬਾਅਦ ਸੁੱਤੀ ਆ ਨਾ, ਤੈਨੂੰ ਨੀਂਦ ਆ ਗਈ ਆ? ਤੇ ਆ ਹੀ ਜਾਂਦੀ ਆ, ਨਿੱਗੇ ਹੋਏ ਤੇਰ ਜੇ ਲਈ ਕੰਬਲ ਲਿਆ ਫੇਰ ਸੌ ਜਾਣਾ ਸੀ ਤੈਨੂੰ, ਚਾਹ ਕਿਹੜੀ 2 ਦਿਨ ਲੱਗਦੇ ਬਣ ਤੇ। ਆ ਪਾ ਲਾ ਹੁਣ, ਲਿਆ ਹੁਣ ਇਹੋ ਪਾ ਕੇ, ਉਹ ਤਾਂ ਵਿਚਾਰਾ ਜਾਂਦਾ ਲੱਗੇ ਜਾਂਦਾ ਲੱਗੇ। ਬਸ ਇਹਨਾਂ ਨੂੰ ਤਾਂ ਕੋਈ ਬਹਾਨਾ ਚਾਹੀਦਾ ਲੜਨ ਦਾ। ਦੇ ਕੇ ਆਵਾਂ, ਬਾਅਦ ਚ ਬਣਾ ਲੈਣੀ ਹੋਰ ਪਾਪਾ ਜੀ ਹੁਣਾਂ ਵਾਸਤੇ। ਚੰਗਾ ਫਿਰ ਮੈਂ ਜਾਣਾ, ਚਾਹ ਵੀ ਪੀੜੀ ਤੇ ਬੋਲੀ ਵੀ ਪੀੜੀ, ਦੋਵੇਂ ਬਹੁਤ ਸਵਾਦੀ। ਉਹ ਤੂੰ ਬਹਿ ਜਾ ਭਰਾ, ਦੋਵੇਂ ਬਹੁਤ ਸਵਾਦੀ। ਤੂੰ ਮੈਨੂੰ ਇਹ ਦੱਸਣਾ ਆ ਵੀ ਉੱਧਰ ਕੰਮ ਮੁੱਕ ਗਿਆ, ਫੈਸਲਾ ਹੋ ਗਿਆ ਕਿ ਜਾਂ ਤੂੰ ਇੱਥੇ ਹੁਣ ਪਵਾੜਾ ਪਾਉਣਾ ਆ? ਵਾ ਪਵਾੜਾ ਇੱਥੇ ਕਦੀ ਪਿਆ ਨਹੀਂ ਆ, ਇੱਥੇ ਤਾਂ ਪਿਆ ਰਹਿੰਦਾ ਕੋਈ ਨਾ ਕੋਈ। ਤੂੰ ਵੀ ਅੱਜ ਪਹਿਲੀ ਵਾਰੀ ਫਰਮਾਇਸ਼ ਤੇ ਫਰਮਾਇਸ਼ ਕਹਿੰਦਾ, ਕਦੇ ਚਾਹ ਪੀਣੀ ਕਦੇ ਬੋਲੀ ਪੀਣੀ, ਤੇ ਚੀਜ਼ਾਂ ਦੋਵਾਂ 'ਚੋਂ ਇੱਕ ਵੀ ਨਹੀਂ ਆਈ, ਉਹ ਵੀ ਆ ਗਈ। ਸਤਿ ਸ਼੍ਰੀ ਅਕਾਲ ਭਾਬੀ ਜੀ। ਝੋਲਸਲਾ ਆ ਵੀ ਪੀ ਲਈ ਭਾਵੇਂ ਹੁਣ। ਕਿੰਨਾ ਸਫ਼ਰ ਕੀਤਾ ਵਿਚਾਰੀਆਂ ਨੇ? ਸਫ਼ਰ ਕੀਤਾ, ਇਹ ਚੰਡੀਗੜ੍ਹੋਂ ਆਈ ਆ। ਟੇਸਟੀ ਬੋਰੀ ਹੋ ਪੀ ਭਰਾ, ਸ਼ੁਕਰ ਆ ਕਿਤੇ, ਹੁਣ ਬਾਅਦ 'ਚ ਪਤਾ ਨਹੀਂ ਕਿੱਦਾਂ ਸਵਾਦ ਆਉਣਾ ਵਾ। ਨਹੀਂ ਟੇਸਟੀ, ਬਹੁਤ ਟੇਸਟੀ ਹੈ। ਤੂੰ ਤਾਂ ਪੀ ਕੇ ਗਾਂਹ ਜਾਣਾ ਵਾ,
ਹੁਣ ਇੱਥੇ ਪਤਾ ਨਹੀਂ ਕੀ ਕੁਛ ਬੰਨਾ ਅਜੇ। ਕੋਈ ਨਹੀਂ, ਤੁਹਾਡਾ ਚੁੱਲ੍ਹਾ ਗਰਮੀ ਲੈਣਾ, ਮੈਂ ਲਾਇਆ ਹਿਸਾਬ ਤੁਹਾਡੇ ਘਰ ਦਾ। ਚੱਲ ਠੀਕ ਹੈ, ਤੈਨੂੰ ਨਾ ਚੁੱਲ੍ਹੇ 'ਤੇ ਬਿਠਾ ਦਾਵਾਂ। ਨਹੀਂ ਅਜੇ ਤੂੰ ਬਹਿ, ਜਿੰਨਾ ਦੇ ਅੰਕਲ ਨਹੀਂ ਹੁੰਦੇ। ਤਾਂ ਪੀਲਾ ਪੀਲਾ ਗਾਂ ਵੀ ਪੀਣਾ ਹੀ ਆ, ਉਹ ਵੀ ਪੀਲੀ। ਨਹੀਂ ਨਹੀਂ ਬਸ, ਪੀਲਾ ਦੇ ਅੰਕਲ ਨੇ ਵੀ ਕੱਢ ਲੈਣਾ ਆਉਂਦੇ ਆ ਜੀ। ਇਹ ਕਰਾਂ, ਇਹ ਬੁੱਢੀ ਨੇ ਵੇਖ ਲਾ, ਜਨਾਨੀ ਨੇ ਬਹੁਤ ਜ਼ਿਆਦਾ ਮੇਰੀ ਜਾਨ ਤੰਗ ਕੀਤੀ ਹੈ। ਮੰਮੀ ਵੀ ਇਹਦੀ ਟੈਨਸ਼ਨ ਲੈ ਲੈ ਕੇ ਵਿਚਾਰੀ ਬੁੱਢੜੀ ਹੋ ਗਈ ਹੈ। ਤੁਸੀਂ ਇੱਥੇ ਬੈਠੇ ਕੀ ਕਰਨ ਡੇ ਜੇ ਸਿਰ ਫੜ ਕੇ? ਕੀ ਕਰਾਂ, ਮੈਂ ਤਾਂ ਥਾਂ ਲੱਭਦਾ, ਤੂੰ ਵੀ ਪਿੱਛੇ ਆ ਜਾਂਦੀ ਉਸੇ ਵੇਲੇ। ਰਾਤ ਸਾਰੀ ਰਾਤ ਕਦੀ ਮੈਂ ਸਿਰਹਾਣੇ ਵੱਲ ਉੱਠ ਕੇ ਬਹਿ, ਕਦੀ ਭੈਣ ਦਾ ਉੱਠ ਕੇ ਬਹਿ, ਨੀਂਦ ਤੇ ਸਾਰੀ ਰਾਤ ਨਹੀਂ ਆਈ। ਤੇ ਘਰਾੜੇ ਕੌਣ ਮਾਰਨ ਡਿਆ ਸੀ? ਇੰਨੇ ਨਹੀਂ ਜ਼ੋਰ ਦੀ, ਸ਼ੁਕਰ ਕਰੋ ਬਚ ਗਈ ਜੇ ਮੇਰੇ ਕੋਲ, ਨਹੀਂ ਤੇ ਮੇਰੇ ਕੋਲ ਲੱਗ ਕੇ ਕੁਛ ਹੁੰਦਾ ਨਾ, ਉਦੋਂ ਮੈਂ ਫੜ ਕੇ ਸਿਰ 'ਚ ਮਾਰਦੀ ਤੇ ਨਾਲੇ ਤੁਹਾਨੂੰ ਪਤਾ ਲੱਗਦਾ ਜਦੋਂ ਪਾਗ ਜਿਹੜਾ ਇੱਥੇ ਬੈਠਾ ਹੁਣ ਲਿਆ ਕੇ ਕੋ ਮਾਰਦੇ ਆ ਨਾ, ਫਿਰ ਉਦੋਂ ਤਾਂ ਉੱਠੇ ਨੂੰ ਪਤਾ ਲੱਗਣਾ ਇਹਨਾਂ, ਨਾਲੇ ਪਤਾ ਲੱਗਦਾ ਵੀ ਮੈਂ ਸੁੱਤਾ ਸੀ। ਆਹੋ, ਨਾਲੇ ਤੂੰ ਮਾਰ ਦਿੰਦੀ ਤੇ ਨਾਲੇ ਤੂੰ ਟੈਨਸ਼ਨ ਫਰੀ ਹੋ ਜਾਂਦੀ। ਆਹ, ਸਾਰੀ ਰਾਤ ਮੈਂ ਨਹੀਂ ਸੁੱਤੀ ਤੇਰੇ ਘਰਾੜਿਆਂ ਵਿੱਚ, ਤੇ ਸੁੱਤੇ ਇਹ ਤੁਸੀਂ ਨਹੀਂ ਆ। ਲਿਆ ਦੋ ਮੈਨੂੰ ਪੈਸੇ ਫੜਾਓ। ਕਾਹਦੇ ਲਈ? ਰਾਤੀ ਤੇ ਬੜੇ ਗਏ ਨੇ ਪਿਓ ਪਿਓ, ਹੁਣ ਪਿਓ ਕਿੱਧਰ ਗਿਆ ਵਾ? ਦਊ ਹਾਂ ਪੈਸੇ, ਮੈਂ ਲਿਆਉਣਾ ਕੁੜੀ ਦੇ ਜਨਮ ਦਿਨ ਵਾਸਤੇ ਸਮਾਨ। ਕੀ ਲਿਆਉਣਾ ਵਾ? ਕੇਕ ਲਿਆਉਣਾ ਵਾ, ਟੌਫੀਆਂ ਉਹਨੇ ਸਕੂਲ ਖੜਨੀਆਂ ਉਹ ਲਿਆਉਣੀਆਂ, ਹੋਰ ਨਿੱਕਾ ਮੋਟਾ ਡੈਕੋਰੇਸ਼ਨ ਵਾਸਤੇ ਸਮਾਨ ਲਿਆਉਣਾ। ਜਿਹੜੀ ਤੂੰ ਹੁਣ ਕੰਮ ਤੇ ਜਾਨੀ ਆ, ਉਹ ਤਨਖਾਹ ਨਹੀਂ ਮਿਲਦੀ ਤੈਨੂੰ? ਮੈਨੂੰ ਤੇ ਮਿਲਦੀ ਆ, ਮੈਂ ਤੇ ਆਪਣੀ ਕੁੜੀ ਦਾ ਖਰਚਾ ਚੁੱਕਣ ਹੀ ਡਈ ਸੀ। ਜਿਹੜਾ ਰਾਤੀ ਏਡਾ ਲੰਬਾ ਲੈਕਚਰ ਹੋਇਆ ਸੀ ਤੇ ਉਹ ਗਿਆਨ ਜਿਹੜਾ ਮਿਲਿਆ ਸੀ। ਲੈ ਆ ਟੌਫੀਆਂ ਦਾ ਹੀ ਪੈਕਟ ਲਿਆਉਣਾ ਵਾ, ਆ ਲੈ ਆ ਟੌਫੀਆਂ ਲਿਆ ਦੀ, ਤੇ ਆ ਲੈ ਆਈ ਕੇਕ ਛੋਟਾ ਲੈ ਆਈ ਥੋੜਾ ਜਿਹਾ। ਹਾਏ ਰੱਬਾ, ਆ ਕਦੋਂ ਕਦੇ ਪਰਸ 'ਚ ਰੱਖੇ ਆ ਵਿਚਾਰੇ, ਇਹ ਵੀ ਆਉਂਦੇ ਹੋਣੇ ਸਾਨੂੰ ਹਵਲ ਵਾਲਾ, ਆ ਕਦੋਂ ਕਦੇ ਨਹੀਂ ਕੱਢੇ ਵਿੱਚੋਂ? ਉਹ ਇਹ ਤੇ ਮੈਨੂੰ 10-15 ਦਿਨ ਹੋ ਗਏ ਆ, ਮੈਂ ਕਿਹਾ ਖਰਚ ਖਰਚ ਕਰਦਾ, ਚੱਲ ਸਮਰੀਤ ਲਈ ਖਰਚੇ ਜਾਣਗੇ। ਇਹਦੀਆਂ ਕੀ ਨੇ, 20 ਦੀਆਂ ਤੇ 10 ਦੀਆਂ, ਕਿਹੜੀਆਂ ਟੌਫੀਆਂ ਦਾ ਪੈਕਟ ਆਉਂਦਾ? ਹਾਏ ਕਿਹੜੇ ਜ਼ਮਾਨੇ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ। ਮੈਂ ਕਿਹਾ ਤੇ ਹੈਗਾ ਹੀ ਸੰਤਰੇ ਵਾਲੀਆਂ ਟੌਫੀਆਂ ਕਿੰਨੀਆਂ ਆ ਜਾਣੀਆਂ, 10 ਦੀਆਂ 1 ਰੁਪਏ ਦੀਆਂ 4 ਆ, 40 ਟੌਫੀਆਂ ਆਣੀਆਂ, ਇਹਨਾਂ 40 ਬੱਚੇ ਨਹੀਂ ਹੋਣੇ ਸਕੂਲੇ। ਤੇ ਰਾਤੀ ਕੀ ਕਹਿਣ ਡੇ ਸੀ? ਸੁਣਿਆ ਇਹਨਾਂ ਆਪਣੀ ਕੁੜੀ ਦੀਆਂ ਵੀ ਗੱਲਾਂ? ਉਹਦੇ ਕਦੇ ਉਹ ਨਿਆਣੀ ਆ, ਉਹਨੂੰ ਕੀ ਪਤਾ ਵਾ। ਤੁਸੀਂ ਤੇ ਸਿਆਣੇ ਜੇ ਨਾ, ਤਾਂ ਤੁਸੀਂ ਸਮਝਦਾਰੀ ਦਾ ਕੰਮ ਕਰਦੇ। ਸਿਆਣੇ ਕਰਕੇ ਮੈਂ ਕਹਿਣ ਡਿਆ ਵਾਂ। ਸਾਬੀ ਸ਼ਰਮ ਤਾਂ ਨਹੀਂ ਆਉਂਦੀ? ਆਹ 30 ਰੁਪਈਏ ਦਿੱਤੇ ਜੇ, ਫੜੋ ਤਿਆਰ ਰੱਖੋ, ਤੁਹਾਡੇ ਔਖੇ ਵੇਲੇ ਕੰਮ ਆਉਣਗੇ, ਕਿਸੇ ਦੇ ਗਾੜੀ ਹੱਥ ਨਾ ਡਾਉਣਾ ਪਊਗਾ ਤੁਹਾਨੂੰ। ਉਹ ਨਹੀਂ ਨਹੀਂ ਇਹ ਮੈਂ ਕੁੜੀ ਲਈ ਰੱਖੇ ਸੀ ਵੀ ਚੱਲ ਉਹਦੇ ਖਰਚ ਖੁਰਚ ਲੈਂਦੀ ਆ ਕੁੜੀ, ਹੁਣ ਉਹਦੇ ਲਈ ਕੰਮ ਆ ਗਏ ਆ। ਅੱਛਾ, ਕੁੜੀ ਵਾਸਤੇ ਸਾਂਭੇ ਸੀ? ਏਦਾਂ ਕਰੋ ਆ ਪੈਸਿਆਂ ਦੀ ਨਾ FD ਕਰਾ ਲਓ, ਫਿਰ ਉਹਦੇ ਵਿਆਹ ਜਦੋਂ ਵਿਆਹ ਹੋਊਗਾ ਉਦੋਂ ਕਢਾ ਲਾਂਗੇ। ਚੱਲ ਕੋਈ ਨਹੀਂ, ਮੇਰੀ ਕੁੜੀ ਦੇ ਆ, ਕੋਈ ਨਹੀਂ ਯਾਰ, ਤੂੰ ਉੱਥੋਂ ਖੋਲ ਲੈ ਦੀ ਉਹਨੂੰ, ਟੌਫੀਆਂ ਦੇ ਕੇਕ ਆ ਜਾਣਾ ਵਾ। ਤੇ ਤੇਰੀ ਕੁੜੀ ਵਾਸਤੇ ਆ FD ਵਰਤਨੀ ਆ? ਨਿੱਕਾ ਨਹੀਂ ਕੇਕ ਹੁੰਦਾ ਜਿਹੜਾ ਕੱਲਾ ਏਡਾ ਹੁੰਦਾ ਵਾ ਪੀਸ ਚੌਰਸ ਜਿਹਾ। 35 ਰੁਪਈਆਂ ਦੀ ਹੁੰਦੀ ਇੱਕ ਪੇਸਟੀ। ਆਹੋ ਪੇਸਟੀ, ਉਹ ਸਸਤੀ ਵੀ ਹੈਗੀ ਆ, 15 ਵਾਲੀ ਵੀ ਹੋਣੀ ਆ, ਉਹਨਾਂ ਨੂੰ ਕਹੀ ਹਾਂ ਥੋੜੀ ਜੀ ਸਸਤੀ ਦੇ ਦੇ। ਆਹੋ, ਮੇਰਾ ਤੇ ਗਾੜੀ ਮਾਸੀ ਦਾ ਪੁੱਤ ਵਾਣਾ, ਜਿਹਨੂੰ ਮੈਂ ਕਹੂੰਗੀ ਸਸਤੀ ਦੇ ਦੇ ਤੇ ਉਹਨੇ ਸਸਤੀ ਦੇ ਦੇਣੀ ਆ। ਉਹਨਾਂ ਨੇ ਮੇਰੀ ਗੱਲ ਸੁਣ ਲਓ, ਮੈਂ ਆਪਣੇ ਸਰ ਨੂੰ ਵੀ ਇਨਵਾਈਟ ਕੀਤਾ ਵਾ ਤੇ ਉਹਨਾਂ ਨੇ ਵੀ ਆਉਣਾ ਵਾ ਇੱਥੇ, ਉਹਨਾਂ ਦੀ ਨਾਲ ਵਾਈਫ ਨੇ ਵੀ ਆਉਣਾ ਵਾ। ਸਰ ਨੂੰ? ਆਹੋ, ਆਪਾਂ ਕਿੰਨਾ ਕੁ ਉਹਨਾਂ ਦੇ ਪ੍ਰੋਗਰਾਮਾਂ ਤੇ ਜਾਂਦੇ ਆ, ਇੰਨਾ ਖਰਚਾ ਹੋਣਾ ਸਾਰੇ ਇੱਥੇ। ਚੱਲ ਇੱਦਾਂ ਕਰ, ਸਰੋਂ ਜਿਹੜੀ ਸੀ ਨਾ ਉਹਦਾ ਤੇਲ ਮੰਮੀ ਨੇ ਕਢਾਇਆ ਵਾ, ਮੈਂ ਤੈਨੂੰ ਥੋੜਾ ਜਿਹਾ ਬੇਸਨ ਲਿਆ ਦਿੰਦਾ ਵਾ, 1/2 ਕਿਲੋ ਪਕੌੜੇ ਕੱਢ ਲਈ, ਆਹ ਮੇਰੇ ਵਾਧੂ ਪਾਲਕ ਪੂਲਕ ਪਾ ਕੇ। ਤੁਸੀਂ ਨਾਲੇ ਹਾਂ ਕਿੱਦਾਂ ਗੱਲ ਕੀਤੀ ਵੀ ਆਪਾਂ ਉੱਥੇ ਕਿੰਨਾ ਕੁ ਜਾਂਦੇ, ਤੁਹਾਨੂੰ ਉਹਨੇ ਕਿਹੜੀ ਗੱਲ ਸੱਦਣਾ ਵਾ? ਸਾਨੂੰ ਤੇ ਸਰ ਆਫਿਸ ਵਿੱਚ ਟ੍ਰੀਟ ਦਿੰਦੇ ਰਹਿੰਦੇ, ਆ ਪਿੱਛੇ ਜੇ ਸਰ ਦਾ ਬਰਥਡੇ ਆਇਆ ਸੀ ਨਾ, ਸਰ ਨੇ ਉੱਥੇ ਗੱਲਾਂ ਕਰਦੇ ਸੀ, ਕਹਿੰਦੇ ਮੈਂ ਆਪਣੇ ਫਰੈਂਡਸ ਨੂੰ ਹੀ ਪਾਰਟੀ ਦਿੱਤੀ, 30,000 ਰੁਪਈਆ ਅਲੱਗ ਉੱਥੇ ਖਰਚਾ ਤਾ, ਤੇ ਜਿਹੜੀ ਸਾਡੇ ਆਫਿਸ ਸਟਾਫ ਤੇ ਖਰਚਿਆ ਉਹ ਵੱਖ। ਤੋਬਾ ਤੋਬਾ ਤੋਬਾ, ਉਹਨਾਂ ਨੂੰ ਕਿੱਥੋਂ ਇੰਨੀ ਅਕਲ ਆ ਗਈ, 30,000 ਰੁਪਈਆ ਬਰਥਡੇ ਪਾਰਟੀ ਤੇ? ਆਹੋ, ਤੇ ਹੋਰ ਮਾੜੀ ਮੋਟੀ ਹੈ ਦੱਸੋ? ਆਪਾਂ ਮਾੜੇ ਮੋਟੇ ਆ, ਆਪਾਂ ਨਹੀਂ ਨੇ ਲੈਣ ਆਉਣ ਡੇਗੇ। ਤੇ ਚੱਲ ਤੁਸੀਂ 2,000 ਰੁਪਈਆ ਤਾਂ ਦਿਓ ਫਿਰ ਮੈਨੂੰ। 2,000 ਰੁਪਈਏ? 2,000 ਰੁਪਈਆ ਬਹੁਤ ਹੁੰਦਾ ਵਾ, ਤੇ ਫਿਰ ਮੈਂ ਕਿੱਥੋਂ ਪੈਸੇ ਲੈਣ ਜਾਵਾਂ? ਉਹਨਾਂ ਲਈ 2,000 ਰੁਪਈਆ ਖਰਚਾ ਕਰਨਾ ਵੀ ਤੂੰ? ਆਹੋ, ਤੇ ਮੇਰੇ ਸਾਰਾ ਵਾ ਦੱਸ, ਉਹਨਾਂ ਨੇ ਆਉਣਾ ਪਹਿਲੀ ਵਾਰ? ਪਹਿਲੀ ਵਾਰੀ ਆਉਣਾ ਤੇ ਬੈਂਡ ਵਾਜੇ ਵੀ ਲੈ ਆਉਣਾ ਉਹਨਾਂ ਲਈ, ਉਦਾਂ ਤੇ ਹੋਰ 2-4 ਹਜ਼ਾਰ ਖਰਚ ਲਾਂਗੇ। ਮੇਰੀ ਗੱਲ ਸੁਣੋ, ਉਦਾਂ ਤੇ ਤੁਸੀਂ ਕਹਿਣ ਡੇ ਸੀ ਵੀ ਮੈਂ ਆਪਣੀ ਮਾਂ ਨਾਲੋਂ ਅਲੱਗ ਹੋ ਜਾਂਦਾ ਵਾ, ਆਪਾਂ ਅੱਡ ਹੋ ਜਾਂਦੇ ਆ, ਤੇ ਆ ਕੰਜੂਸੀ ਜਿਹੜੀ ਤੁਹਾਡੀ ਮਾਂ ਨੇ ਤੁਹਾਡੇ ਸਰੀਰ ਵਿੱਚ ਕੁੱਟ ਕੁੱਟ ਕੇ ਭਰਤੀ ਆ, ਇਹ ਕੰਜੂਸੀ ਦਾ ਮੈਂ ਕੀ ਕਰੂੰਗੀ? ਤੂੰ ਮੰਮੀ ਨੂੰ ਪੁੱਛ ਲੈ ਵੀ ਆ ਜਾਇਜ਼ ਆ ਕਿ ਨਜਾਇਜ਼ ਆ 2-2 ਹਜ਼ਾਰ ਰੁਪਈਏ ਦਾ ਖਰਚਾ ਕਰਨਾ ਸਰਾਂ ਲਈ ਉਹ ਵੀ। ਤੇ ਮੰਮੀ ਨੇ ਤੁਹਾਡੀ ਪੱਟੀ ਪੜਦੀ ਆ, ਉਹਨੇ ਤਾਂ ਕਹਿਣਾ ਹਾਂ ਜਿੱਦਾਂ ਮੇਰਾ ਜਵਾਈ ਕਹਿਣ ਡਿਆ ਬਿਲਕੁਲ ਸਹੀ ਆ। ਆ ਤੈਨੂੰ ਨਹੀਂ, ਥੋੜੇ ਥੋੜੇ ਬਚਾ ਲਿਆ ਕਰ ਕਿਤੇ, ਆ ਵੇਖ ਨਾ ਮੈਂ 30-30 ਵੀ ਬਚਾ ਕੇ ਰੱਖਦਾ, ਮੇਰੀ ਕੁੜੀ ਨੇ ਖਰਚਣੇ ਆ। ਅੱਛਾ, ਵਧੀਆ ਗੱਲ ਵਾ, ਤੇ ਕੰਜੂਸੀ ਬੁਣਾ ਕਿੱਦਾਂ ਛੱਡਣਾ ਪਹਿਲਾਂ ਮੈਨੂੰ ਉਹ ਦੱਸੋ।
ਲੈ ਕਾਦੀ ਕੰਜੂਸੀ ਆ ਕੰਜੂਸੀ ਆ ਤੇ ਕੰਜੂਸ ਆ ਤੇ ਤਾਂ ਹੀ ਕੋਲ ਪੈਸੇ ਹੈਗੇ ਆ ਜੇ ਮੈਂ ਆ ਵੀ ਕੰਜੂਸੀ ਨਾ ਕਰਦਾ ਤੇ ਇਹ ਵੀ ਖਰਚੇ ਜਾਣੇ ਤੁਸੀਂ ਕੰਜੂਸੀ ਕਰਨੀ ਛੱਡ ਦੋ ਪੈਸੇ ਆਪੇ ਆ ਜਾਣੇ ਆ ਕੁੰਡਲੀ ਮਾਰ ਕੇ ਤੁਸੀਂ ਇਹਨਾਂ ਪੈਸਿਆਂ ਤੇ ਬੈਠੇ ਰਹਿੰਦੇ ਬਾਅਦ ਚ ਚੱਲਣੋਂ ਵੀ ਹਟ ਜਾਂਦੇ ਆ ਦੁਕਾਨਦਾਰ ਨੇ ਲੈਣੇ ਕਿੰਨੇ ਪੈਸੇ ਕਦੀ ਵੀ ਨਹੀਂ ਲੈਣੇ ਕਿਉਂ ਆ ਕੀ ਇਹਨਾਂ ਤੇ ਰਹਿ ਗਿਆ ਵਾ ਹੋਰ ਸਾਰਾ ਕੁਝ ਭਾਵੇਂ ਬੰਦ ਹੋ ਜੇ ਆ ਦਹਾਂ ਦਾ ਤੇ 20ਾਂ ਦਾ ਜਿਹੜਾ ਇਹ ਨਹੀਂ ਬੰਦ ਹੋ ਸਕਦਾ ਆਹੋ ਇਹ ਤਾਂ ਬੰਦ ਵੀ ਨਹੀਂ ਹੋਣਾ ਲਿਓ ਫੜਾਓ ਮੈਨੂੰ ਪੈਸੇ ਦਿਓ ਹੋਰ ਪੈਸੇ ਦਿਓ ਹੋਰ ਕੇਕ ਲੈ ਕੇ ਆਉਣਾ ਮੈਂ ਕੁੜੀ ਵਾਸਤੇ ਤੂੰ ਵੀ ਨਾ ਫਿਰ ਇਦਾਂ ਆ ਗੱਲ ਗਲਤ ਆ ਕਿੰਨੇ ਦੇ ਦਾਂ ਹੋਰ 50 ਰੁਪਏ 50 ਨਾ ਸਿਰ ਚ ਮਾਰ ਮੇਰੇ ਵੱਟ ਕੇ ਕਿੰਨੇ ਦਵਾਂ ਫਿਰ ਦਿਓ ਮੈਨੂੰ 2000 ਰੁਪਇਆ 2000 ਆ ਲੈ ਮੈਂ ਤੇ ਇਹਨਾਂ ਨੂੰ ਹਵਾ ਨਹੀਂ ਲੱਗਣ ਦਿੰਦਾ ਕੱਢਦਾ ਨਹੀਂ ਪਰ ਨਾ ਤੂੰ ਬਿੱਲ ਅੰਤਰਾ ਗਾਂਧੀ ਵੀ ਵਿੱਚ ਦੱਸ ਜਿੱਦਾਂ ਨਾ ਮਰਨੇ ਪਿਆ ਪਿੱਛੇ ਹੀ ਪਾਸ ਅੜਦੇ ਬੜੀ ਇਹਦੇ ਵਿੱਚ ਵੀ ਕਿੰਨੀ ਮੁਸ਼ਕਲ ਰਹਿਣ ਦੇ ਫਿਰ ਲਿਆ ਲਿਆ ਤੂੰ ਰਹਿਣ ਦੇ ਰਹਿਣ ਦੇ ਮੈਂ ਉੱਥੇ ਰਹਿ ਨਹੀਂ ਨਹੀਂ ਰਹਿਣ ਤੋ ਜਾਣਾ ਤੇ ਦੁਕਾਨਦਾਰ ਵਾਲੇ ਕੋਈ ਆ ਮੇਰੇ ਕੋਲ ਕਿਹੜੇ ਰਹਿਣੇ ਆ ਕਿੰਨੀ ਮੁਸ਼ਕ ਮਾਰੀ ਨੋਟ ਨੇ ਵੀ ਜਾ ਗਾਂ ਕਿਤੇ ਹੋਰ ਦੇ ਬੈ ਮੈਂ ਤੇ 2000 ਤਾਂ ਮੰਗਿਆ ਸੀ ਬਹੁਤ ਆ ਆ 500 ਰੁਪਇਆ ਮੈਂ 5-6 ਤਰ੍ਹਾਂ ਦੀਆਂ ਦਾਲਾਂ 1.5 ਕਿਲੋ ਲੈ ਆਉਣੀਆਂ ਸੀ ਨਾਲ ਤੇ ਦਾਲਾਂ ਹੀ ਖਾਈ ਜਾਣੀਆਂ ਲੈ ਦਾਲਾਂ ਮਾੜੀਆਂ ਵਾ ਤੇ ਦਾਲਾਂ ਘਰ ਵੇਖਣਾ ਚਾਹੀਦਾ ਘਰ 2-2000 ਦੀਆਂ ਪਾਰਟੀਆਂ ਨਾਲ ਘਰ ਨਹੀਂ ਚੱਲਦੇ ਤੇ ਦਾਲਾਂ ਨਾਲ ਚੱਲ ਜਾਂਦੇ ਹੁਣ ਵੇਖੀ ਉਹਨਾਂ ਨੇ ਆਉਣਾ ਨਾ ਕੋਲੋਂ ਪਾਈ ਹਾਂ ਵੇਖੀ ਫੇਰ ਪਤਾ ਲੱਗੂ ਕਿੰਨੇ ਚ ਪੈਂਦੇ ਆ ਤੇ ਕੋਈ ਗੱਲ ਨਹੀਂ 2000 ਹੀ ਬਣਾਈ ਬੈਠੀ ਨਾ ਜਿੰਨੇ ਤੁਹਾਡੇ ਕੋਲੋਂ ਆਏ ਉਨੇ ਹੀ ਸਹੀ ਪਾ ਲੂੰਗੀ ਮੈਂ ਤੁਹਾਡੀ ਮਾਂ ਤੇ ਤੁਸੀਂ ਦੋਵੇਂ ਜਾਣੇ ਲੋਕਾਂ ਦੀਆਂ ਨਾ ਬੰਦੇ ਹੱਥ ਜੋੜਦੇ ਆ ਵੀ ਬਸ ਕਰ ਸਕਦੇ ਆ ਵੀ 500 ਮੈਂ ਤਾਂ ਦਿੱਤਾ ਚੱਲ ਹੁਣ ਉਹਨਾਂ ਨੇ ਆਉਣਾ ਵਾ ਕੀ ਤੂੰ ਵੀ ਐਵੇਂ ਫਿਰ ਕਹੂੰਗੀ ਲੋਕਾਂ 'ਚ ਸੁਣਾਉਂਗੀ ਠੀਕ ਆ ਜਾ ਹੁਣ ਲੈ ਆ ਉੱਥੋਂ ਮੰਮੀ ਨੂੰ ਨਾਲ ਲੈ ਕੇ ਜਾਈ ਇਕੱਲੀ ਨਾ ਜਾਈ ਸੌਦਾ ਲੈਣ ਸੁੱਖ ਦਾ ਜੇ ਦਿਮਾਗ ਆ ਤੇ ਮੇਰਾ ਕਿਹੜਾ ਘੱਟ ਆ ਇਹ ਸੋਚਦੀ ਹੋਣੀ ਨਾ ਵੀ 500 ਕਢਾ ਲਿਆ ਪੈਸੇ ਤੇ ਦੇਣ ਲੱਗਿਆ ਮੇਰਾ ਦਿਲ ਹੀ ਪਾਟਣ ਆਇਆ ਘਾਉ ਮਾਉ ਕੀਤਾ ਕਰੀ ਪਰ ਨਾ ਸੋਚਣ ਮੈਂ ਵੀ ਡਿਆ ਵੀ ਜੇ 2 ਜਾਣੇ ਆਏ ਲਾਲਾ 1000-1000 ਤੇ ਕਿਤੇ ਨਹੀਂ ਗਿਆ ਰੁਪਈਆ 2000 ਤੇ ਦੇ ਕੇ ਜਾਣਗੇ ਤੇ 2000 ਮੇਰੇ ਸਾਹਮਣੇ ਹੀ ਦੇਣਗੇ ਚੋਰੀ ਤਾਂ ਨਹੀਂ ਇਹਨੂੰ ਦੇਣ ਲੱਗੇ ਕੋਈ ਨਹੀਂ ਲੁਕਾਈ ਹਾਂ ਮੰਮੀ ਵਿੱਚ ਪਾ ਗਏ ਨਾ ਇਹਦੇ ਕੋਲੋਂ ਪੈਸੇ ਲੈ ਲੈਣੇ ਆ ਮੈਂ ਮੰਮੀ ਨੂੰ ਕਹਿਣਾ ਤੂੰ ਫੜ ਮੰਮੀ ਬਾਕੀ ਮੰਮੀ ਕੋਲੋਂ ਮੈਂ ਆਪੇ ਲੈ ਲੂੰਗਾ ਕੋਈ ਨਹੀਂ ਤੇਰੇ ਕਰਮ ਨਾ ਮੈਂ ਖਰਚੇ ਮੇਰੇ ਕੋਲੋਂ ਪੈਸੇ ਕਢਾਉਣ ਵਾਲੀ ਵੱਡੀ ਸੋਨੂ ਦੇ ਕਿਹੜੇ ਫੁੱਲ ਹੱਥ ਚੱਲੇ ਸੀਗੇ ਸੋਨੂ ਨੇ ਵੀ ਆਤੀ ਕੀਤੀ ਆ ਤੇ ਹੁਣ ਦੱਸ ਮੈਂ ਕੀ ਕਰਾਂ ਨਾ ਮੈਂ ਉਹਨੂੰ ਕੋਲ ਕਹਿਣ ਜੋਗੀ ਤੇ ਨਾ ਮੈਂ ਉਹਨੂੰ ਕਹਿਣ ਜੋਗੀ ਲੈ ਡਈ ਉਹ ਕੰਮ ਕਰਨ ਹੋਣੀ ਵੀ ਡੰਗਰਾਂ ਦਾ ਵੀ ਸਰਾਫ ਹੀ ਆ ਮੁੰਡਾ ਤਾਂ ਉੱਠਿਆ ਨਹੀਂ ਹੋਣਾ ਮੇਰਾ ਖਿਆਲ ਆਪ ਨੂੰ ਕਰਨਾ ਪੈਣਾ ਅਤੇ ਜਾਂ ਬੰਦਾ ਰੱਖਦੇ ਇੱਦਾਂ ਨਹੀਂ ਸਾਡਾ ਸਰਨਾ ਉਦੋਂ ਸਗੋਂ ਮੈਨੂੰ ਬੰਦਾ ਆਉਂਦਾ ਵੀ ਤਾਇਆ ਲੋੜ ਹੋਊਗੀ ਤਾਂ ਮੈਨੂੰ ਦੱਸੀ ਮੈਂ ਤੇਰੇ ਪੱਠੇ ਪੁੱਠੇ ਪਾ ਦਿਆ ਕਰੂੰਗਾ ਮੈਂ ਕੰਮ ਕਰੂੰਗਾ ਤਾਂ ਮੈਂ ਉਦੋਂ ਆਉਂਦਾ ਵੀ ਨਹੀਂ ਸਾਨੂੰ ਬੰਦੇ ਦੀ ਲੋੜ ਨਹੀਂ ਗੀ ਅਤੇ ਹੁਣ ਤਾਂ ਬਹੁਤਾ ਔਖਿਆ ਹੋ ਗਿਆ ਕੰਮ ਲੱਗਦਾ ਜੇ ਬਈਆ ਰੱਖਿਆ ਤਾਂ ਉਹ ਬਗਾਨਾ ਬੰਦਾ ਅਤੇ ਪਤਾ ਨਹੀਂ ਹੁਣ ਉਹਦਾ ਕਿੱਦਾਂ ਦਾ ਨਿਕਲਣਾ ਅਤੇ ਕਿੱਦਾਂ ਦਾ ਨਹੀਂ ਬਈਆ ਨਹੀਂ ਘਰ ਵਾੜਨਾ ਉਹਨੂੰ ਰਹਿਣ ਦੇਣਾ ਅਤੇ ਹੋਰ ਕੋਈ ਬੰਦਾ ਲੱਭਦੇ ਆ ਜਾਂ ਤਾਂ ਬੰਦਾ ਲੱਭ ਲੈਂਦੇ ਹਾਂ ਅਤੇ ਜਾਂ ਫਿਰ ਇਹਨਾਂ ਨੂੰ ਡੰਗਰਾਂ ਨੂੰ ਘਰੋਂ ਕੱਢ ਦਿੰਦੇ ਹਾਂ ਪਰ ਜੇ ਡੰਗਰ ਘਰੋਂ ਕੱਢ ਦਿੱਤੇ ਤਾਂ ਦੁੱਧ ਦਾ ਕਿੱਦਾਂ ਸਰੂਗਾ ਦੁੱਧ 5-6 ਕਿਲੋ ਸਾਡੇ ਘਰ ਲੱਗ ਜਾਂਦਾ ਅਤੇ ਜੇ ਹੁਣ ਡੇਅਰੀ ਤੋਂ ਲੈਣ ਜਾਈ ਤਾਂ ਉਹੋ ਜਿਹਾ ਦੁੱਧ ਨਹੀਂ ਮਿਲਦਾ ਚੱਲ ਅੱਛਾ ਕਰਦਾ ਅਦਿੰਦਰ ਨਾਲ ਸਲਾਹ ਕਿੱਦਾਂ ਕਰਨੀ ਕਿੱਦਾਂ ਨਹੀਂ ਪੁੱਛਦੇ ਉਹਨੂੰ ਹਾਏ ਇਹਨਾਂ ਦੇ ਪਾਪਾ ਜੀ ਤਾਂ ਆ ਗਏ ਆ ਮੈਂ ਹੁਣ ਜਾ ਕੇ ਸੋਨੂੰ ਨੂੰ ਵੇਖਾਂ ਭਲਾ ਵੀ ਉੱਠਿਆ ਕਿ ਨਹੀਂ ਹੁਣ ਮੇਰੀ ਸ਼ਾਮ ਤਾਂ ਹੀ ਲੈ ਇੱਥੇ ਖਲੋ ਜਾ ਕੇ ਚੱਲੀ ਆ
तू किधर आई सोनू उठिया नहीं ना मैं चल मैं थोड़े जे पठे रला दिनी हां मैं सवाल ये नहीं पूछा सोनू उठिया के नहीं मेनू नहीं ओदे ना कोई भी मतलब जो मैं तेनू पहला आख्या है तू पठे नहीं पाने मैं आपे पाला चाहे ना पाला तो तू फिर आई डंगर ਤੁਸੀਂ ਵੀ ਨਹੀਂ ਨਾ ਆਏ ਤੇ ਮੈਂ ਚੱਲ ਵਿਚਾਰੀਆਂ ਪਾਉਣ ਡਈਆਂ ਵਾ ਹੁਣ ਜਿੱਥੇ ਬੰਦਾ ਕੰਮ ਤੇ ਗਿਆ ਹੋਵੇ ਕੋਈ ਨਾ ਕੋਈ ਕੰਮ ਵੱਧ ਟਾਈਮ ਲੱਗ ਜਾਂਦਾ ਤੇ ਮੈਂ ਹੁਣ ਆਪੇ ਆਣ ਕੇ ਪਾ ਲੈਂਦਾ ਉਹਦੀ ਬੇਆਸ ਹੋ ਗਈ ਹੁਣ ਅੱਗੇ ਧੀਆਂ ਪੁੱਤ ਜਵਾਨ ਹੁੰਦੇ ਤੇ ਮਾਪਿਆਂ ਨੂੰ ਚਾਅ ਚੜਦਾ ਹੁੰਦਾ ਸੀ ਸਾਡੇ ਧੀਆਂ ਪੁੱਤ ਸਾਡੇ ਨਾਲ ਹੱਥ ਪੜੱਥ ਪਾਉਣਗੇ ਕੰਮ ਕਰਨਗੇ ਹੁਣ ਧੀਆਂ ਪੁੱਤ ਜਵਾਨ ਹੁੰਦੇ ਤੇ ਮਾਪਿਆਂ ਨੂੰ ਫਿਕਰ ਪਈ ਜਾਂਦਾ ਦਿਨੋਂ ਦਿਨ ਮੇਰੇ ਪਿਓ ਨੇ ਜਿੰਨੀ ਮੈਨੂੰ ਪੈਲੀ ਦਿੱਤੀ ਸੀ ਨਾ ਮੈਂ ਕੰਮ ਕਰਕੇ ਤੇ ਮੈਂ ਪੈਲੀ ਉਤੋਂ ਦੂਣੀ ਬਣਾਈ ਆ ਤੇ ਮੈਨੂੰ ਇਹ ਆਸ ਨਹੀਂ ਹੈਗੀ ਵੀ ਇਹ ਪੈਲੀ ਹੋਰ ਕਮਾਈ ਕਰਕੇ ਤੇ ਖਰੀਦ ਲੂਗਾ ਮੈਂ ਆਂਦਾ ਇਹ ਆਪਣੀ ਬਚਾ ਲਏ ਤੇ ਮੈਨੂੰ ਇੰਨਾ ਹੀ ਬੜਾ ਚਾਅ ਵਾ ਇਹ ਕੋ ਆਪਣੀ ਪੈਲੀ ਵੀ ਨਹੀਂ ਬਚਣੀ ਜਾਂ ਫਿਰ ਬੰਦਾ ਰੱਖ ਲਈਏ ਉਹ ਰੱਖਾਂ ਮੈਂ ਚਾਹੇ ਨਾ ਰੱਖਾਂ ਤੂੰ ਇੱਧਰ ਇਹਨਾਂ ਵੱਲ ਧਿਆਨ ਨਹੀਂ ਦੇਣਾ ਤੁਸੀਂ ਚੁੱਲ੍ਹੇ ਚੌਂਕੇ ਦਾ ਹੀ ਵੇਖੋ ਠੀਕ ਨਹੀਂ ਉਹਨੂੰ ਰਹਿਣ ਦੇ ਸੁੱਤਾ ਹੀ ਹੁਣ ਜਿਹੜੇ ਬੰਦੇ ਨੂੰ ਸ਼ਰਮ ਹੀ ਹੈ ਨੀ ਗੀ ਤੇ ਉਸ ਬੰਦੇ ਦਾ ਕਰਨਾ ਕੀ ਆਪਾਂ ਘਰ ਬਾਹਰ ਤਾਂ ਉਹਨੇ ਹੀ ਵੇਖਣਾ ਨਾ ਉਹਦਾ ਹੀ ਆ ਨਾ ਕੋਈ ਤੂੰ ਕੰਮ ਕਰਨ ਡੀ ਜਾਂ ਮੈਂ ਕੰਮ ਕਰਨ ਡਿਆ ਵਾਂ ਕਿਹਦੇ ਵਾਸਤੇ ਕਰਨ ਡਏ ਹਾਂ ਅਸੀਂ ਲੋਕਾਂ ਵਾਸਤੇ ਕਰਨ ਡਏ ਹਾਂ ਉਹਦੇ ਵਾਸਤੇ ਹੀ ਕਰਨ ਡਏ ਨਾ ਉਹ ਬੇਅਕਲ ਵਾ ਉਹਨੂੰ ਸਮਝ ਨਹੀਂ ਹੈਗੀ ਮੈਂ ਨਹੀਂ ਕੋਈ ਗੱਲ ਕਰਨੀ ਹੁਣ ਉਹਦੇ ਨਾਲ ਹਾਏ ਹੁਣ ਜਾ ਕੇ ਸੋਨੂੰ ਦਵਾਲੇ ਨਾ ਫੇਰ ਹੋ ਜਾਣ ਕਿਤੇ ਇੱਥੋਂ ਤਾਂ ਇੰਨਾ ਕੁਛ ਕਹਿ ਗਏ ਸੋਨੂੰ ਪਿਆਰ ਰਵੇ ਇੱਦਾਂ ਉੱਦਾਂ ਫਿਰ ਗਾੜੀ ਸੋਨੂੰ ਸਾਹਮਣੇ ਨਾ ਹੋਵੇ ਮੈਂ ਵੀ ਹੌਲੀ ਹੌਲੀ ਜਾਵਾਂ ਮਗਰ ਸੋਨੂੰ ਨੂੰ ਆਖੂੰ ਸੋਨੂੰ ਵੜ ਜਾ ਅੰਦਰ ਗਰਕ ਜਾ ਨਖੱਤਿਆ ਵੜ ਜਾ ਅੰਦਰ